ਗੁਰਦਾਸਪੁਰ ਦੇ ਵਿੱਚ 3 MLA ਸੁਖਜਿੰਦਰ ਸਿੰਘ ਰੰਧਾਵਾ, LOP ਜਿਹੜੇ ਬਾਜਵਾ ਸਾਹਿਬ ਹੈਗੇ ਨੇ ਉਹ ਹੋ ਗਏ, ਨਾਲ ਬਰਿੰਦਰਮੀਤ ਪਾੜਾ, ਇਹ ਤਿੰਨੋਂ ਜਿਹੜੇ ਜਿਨ੍ਹਾਂ ਨੇ ਮਿਲ ਕੇ ਜਿਹੜਾ ਪ੍ਰਦਰਸ਼ਨ ਕੀਤਾ ਹੈਗਾ, ਇਹ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੰਨਿਆ ਜਾਵੇ ਵੀ ਇਹ ਹੈਗੀ ਹੈ, ਇਹਨਾਂ ਨੇ ਪ੍ਰਦਰਸ਼ਨ ਕਿਉਂ ਕੀਤਾ ਹੈਗਾ, ਇਹਨਾਂ ਨੂੰ ਕਿਹੜੇ ਖਦਸ਼ੇ ਹੈਗੇ ਨੇ? ਇਹ ਸਭ ਤੋਂ ਵੱਡੀ ਗੱਲ ਦੇਖੋ, ਉੱਥੇ ਵੀ ਗੁਰਦਾਸਪੁਰ ਦੇ ਵਿੱਚ ਵੀ ਬੜੀ ਧੱਕੇਸ਼ਾਹੀ ਚੱਲ ਰਹੀ ਹੈਗੀ ਹੈ। ਹੁਣ ਦੇਖੋ, ਇੱਕ ਗੁਰਦਾਸਪੁਰ ਦਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਮੌਜੂਦਾ MLA ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਤੇ ਗੁਰਦਾਸਪੁਰ ਤੋਂ MLA ਬਰਿੰਦਰਮੀਤ ਸਿੰਘ ਪਾੜਾ, 4 MLA, 3 MLA, 1 MP, ਇਹ ਗਏ ਨੇ। DC ਕਹਿੰਦਾ ਇਹਨੂੰ ਦਫ਼ਤਰ 'ਚੋਂ ਬਾਹਰ ਕੱਢੋ। ਯਾਰ, DC ਦਾ ਦਫ਼ਤਰ ਆ, DC ਲੋਕਾਂ ਦਾ ਨੌਕਰ ਵਾ, 24 ਘੰਟੇ ਅਵੇਲੇਬਲ ਹੋਣਾ ਚਾਹੀਦਾ ਹੈਗਾ, ਪਰ ਉੱਥੇ ਉਹ ਕਹਿੰਦਾ ਕਿ ਬਾਹਰ ਕੱਢੋ। ਯਾਰ, ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਬਾਹਰ ਕਿਵੇਂ ਕੱਢ ਸਕਦੇ? ਇਸ ਤੋਂ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਡਿਪਟੀ ਕਮਿਸ਼ਨਰ ਕਰ ਕੀ ਰਹੇ ਹੈਗੇ ਨੇ? ਪਹਿਲਾਂ ਤਾਂ ਅਸੀਂ ਕਦੀ ਸੁਣਿਆ ਨਹੀਂ ਹੈਗਾ ਕਿ ਡਿਪਟੀ ਕਮਿਸ਼ਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ। ਮਤਲਬ ਇਹ ਦੇਖੋ ਨਾ ਤੁਸੀਂ, ਸਰਕਾਰੀ ਅਫਸਰਾਂ 'ਤੇ ਸਰਕਾਰ ਦਾ ਦਬਾਅ ਕਿੰਨਾ, DC 'ਤੇ ਦਬਾਅ ਕਿੰਨਾ ਹੋਊਗਾ ਕਿ ਤੁਸੀਂ ਓਪੋਜੀਸ਼ਨ ਪਾਰਟੀ ਦੇ MLA ਨੂੰ ਮਿਲਣ ਨਹੀਂ ਦੇਣਾ ਹੈਗਾ? ਯਾਰ, ਇਹ ਤਾਂ ਸਰੇਸਰ ਗਲਤ ਆ, ਇਹ ਤਾਂ ਧੱਕਾ। ਇੱਕ ਚੁਣੇ ਹੋਏ ਨੁਮਾਇੰਦੇ ਨੇ, ਕੱਲ੍ਹ ਨੂੰ ਤਾਂ ਸਰਕਾਰ ਜੇ ਕਾਂਗਰਸ ਪਾਰਟੀ ਤਾਂ ਫਿਰ ਉਹ DC ਕਿੱਥੇ ਲੱਗੂਗਾ? ਕੱਲ੍ਹ ਤਿੰਨਾਂ ਚਾਰਾਂ 'ਚ ਕੋਈ ਮੁੱਖ ਮੰਤਰੀ ਬਣ ਗਿਆ, ਫਿਰ DC ਕੀ ਕਰੂਗਾ? ਉਹ ਵੱਖਰੀ ਗੱਲ ਆ, ਭਵਿੱਖ ਦੇ ਵਿੱਚ ਕਿਹਦੀ ਸਰਕਾਰ ਬਣਦੀ ਕਿ ਨਹੀਂ ਬਣਦੀ ਉਹ ਵੱਖਰੀ, ਕੀ ਪਤਾ ਅਗਲੇ ਦਿਨ ਉਹਨੂੰ DC ਹਟਾ ਦੇਣ, ਉਹ ਵੱਖਰੀ ਗੱਲ ਆ। ਪਰ ਇੱਕ DC ਆ, DC ਨਾਲ ਤਾਂ ਸਾਰੇ ਕੋਲ ਮਿਲਣਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਚਾਹੇ ਆਮ ਬੰਦਾ ਹੈਗਾ। ਜੇ ਰੂਲ ਕਹਿੰਦੇ ਨੇ ਤੁਸੀਂ ਕੰਮ ਕਰ ਦਿਓ, ਜੇ ਨਹੀਂ ਕਹਿੰਦੇ ਹੈਗੇ ਤਾਂ ਸਤਿ ਸ਼੍ਰੀ ਅਕਾਲ ਕਰ ਦਿਓ, ਵੀ ਰੂਲਾਂ ਮੁਤਾਬਕ ਇਹ ਨਹੀਂ ਹੋ ਸਕਦਾ, ਰੂਲਾਂ ਮੁਤਾਬਕ ਇਹ ਕੁਝ ਹੋ ਸਕਦਾ ਹੈਗਾ। ਤੁਸੀਂ ਉੱਥੇ ਆਪਣੇ ਸਟਾਫ ਨੂੰ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ, ਤਾਂ ਹੀ ਉਹ ਪ੍ਰਤਾਪ ਸਿੰਘ ਬਾਜਵੇ ਨੂੰ ਗੁੱਸਾ ਚੜਿਆ, ਤਾਂ ਹੀ ਉਹ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੜਿਆ, ਤਾਂ ਹੀ ਉਹ ਬਰਿੰਦਰਮੀਤ ਸਿੰਘ ਪਾੜਾ ਨੂੰ ਚੜਿਆ ਕਿ ਤੇਰੇ ਪਿਓ ਦਾ ਡੀ ਹੈਗਾ ਦਫ਼ਤਰ, ਸਾਨੂੰ ਬਾਹਰ ਕੱਢ ਕੇ ਦਿਖਾਵੇ ਨਾ। ਮਤਲਬ ਜਦ ਤੁਸੀਂ ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਔਰ ਚੁਣੇ ਹੋਏ MLA ਨੂੰ ਕੋਈ ਕਹਿ ਰਹੇ ਹੋ, ਤਾਂ ਫਿਰ ਤਾਂ ਇੱਦਾਂ ਦੀ ਬੋਲਬਾਣੀ ਆਵੇਗੀ। ਪਰ ਹੁਣ ਸਵਾਲ ਇਹ ਕਿ ਅਗਰ ਉੱਥੇ ਡਿਪਟੀ ਕਮਿਸ਼ਨਰ, ਵੀ ਇੱਕ ਸਾਬਕਾ ਮੁੱਖ ਉਪ ਮੁੱਖ ਮੰਤਰੀ ਰਹਿ ਚੁੱਕਾ ਮੌਜੂਦਾ ਗੁਰਦਾਸਪੁਰ ਤੋਂ, ਜੇ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਦੇਣੀ, ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬ ਦੇ, ਤੁਸੀਂ ਕਿਹਨਾਂ ਨੂੰ ਜਵਾਬ ਦਿਓ? ਮਤਲਬ ਇਹ ਸਾਡੇ ਪੰਜਾਬ ਦੇ ਅਫਸਰਾਂ ਦਾ ਵੀ ਇੱਕ ਹੰਕਾਰ, ਦਿਮਾਗ ਖਰਾਬ ਹੋ ਗਿਆ। ਮਤਲਬ ਇਸ ਕਰਕੇ ਸਰਕਾਰ ਨੂੰ ਚਾਹੀਦਾ, ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਤੁਸੀਂ ਸਦਨ ਦੇ ਵਿੱਚ ਬੋਲ ਬੋਲੇ ਸੀ, ਤੁਹਾਨੂੰ ਬੋਲ ਆਪਣੇ ਪਗਾਉਣੇ ਚਾਹੀਦੇ ਹੈਗੇ ਨੇ। ਸੰਬੰਧਿਤ ਡਿਪਟੀ ਕਮਿਸ਼ਨਰ ਨੂੰ ਕਹਿਣਾ ਚਾਹੀਦਾ ਕਿ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾਈਆਂ ਜਾਣ, ਧੱਕੇਸ਼ਾਹੀ ਨਹੀਂ, ਕਿਉਂਕਿ ਧੱਕੇਸ਼ਾਹੀ ਸਿਰਾਂ 'ਤੇ ਆ ਗਈ ਹੈ। ਧੱਕੇਸ਼ਾਹੀ ਇੰਨੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈਗੀ ਕਿ ਪਿਛਲੀਆਂ ਸਰਕਾਰਾਂ ਦੇ ਨਾਲ ਤੁਲਨਾ ਕਰਨੀ ਬਣਦੀ ਨਹੀਂ ਆ। ਪਰ ਤੁਹਾਨੂੰ ਚਾਹੀਦਾ ਕਿ ਤੁਹਾਡੇ DC ਚੁਣੇ ਹੋਏ ਨੁਮਾਇੰਦਿਆਂ ਨੂੰ ਨਹੀਂ ਮਿਲ ਰਹੇ ਹੈਗੇ, ਉਲਟਾ ਕਹਿ ਕੇ ਇਹਨੂੰ ਬਾਹਰ ਕੱਢੋ। ਉਹ ਇਸੇ ਕਰਕੇ ਉਹ ਵੇਰ ਗਏ, ਉਹ ਵੀ ਗੁਰਦਾਸਪੁਰੀਏ ਨੇ, ਮਾਝਾ ਐਕਸਪ੍ਰੈਸ ਜਾਣ ਜਾਂਦੇ ਨੇ, ਜਿਹਨਾਂ ਕੈਪਟਨ ਦੀਆਂ ਚੀਕਾਂ ਕਢਾ ਦਿੰਦੀਆਂ ਉਹਨਾਂ ਦੇ ਸਾਹਮਣੇ DC ਉਮਾ ਸ਼ੰਕਰ ਗੁਪਤਾ ਕੀ ਹੈਗਾ, PCS ਅਫਸਰ ਤੋਂ IS ਪ੍ਰਮੋਟੀ ਬਣਿਆ ਹੈਗਾ, ਅਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਦਾ ਕੀ ਕੁਝ ਕਾਗਜ਼ ਫਰੋਲ ਲੈਣ, ਸੁਖਜਿੰਦਰ ਸਿੰਘ ਰੰਧਾਵਾ ਹੋਣੀ ਜਾਂ ਪ੍ਰਤਾਪ ਸਿੰਘ ਬਾਜਵਾ ਹੋਣੀ, ਬੜਾ ਕੁਝ ਨਿਕਲ ਆਉਣਾ ਹੈਗਾ। ਇਸ ਕਰਕੇ ਅਫਸਰਾਂ ਨੂੰ ਚਾਹੀਦਾ ਕਿ ਤੁਹਾਡੇ ਪੈਰ ਤਾਂ ਹੁੰਦੇ ਨਹੀਂ ਆ, ਪਰ ਚੁਣੇ ਹੋਏ ਨੁਮਾਇੰਦੇ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਕਿ ਜੇ ਡਿਪਟੀ ਕਮਿਸ਼ਨਰ ਚੁਣੇ ਹੋਏ ਨੁਮਾਇੰਦਿਆਂ ਨੂੰ ਨਹੀਂ ਮਿਲਦੇ ਹੈਗੇ, ਆਮ ਲੋਕ ਉੱਥੇ ਵੜ ਸਕਦੇ ਹੈਗੇ ਨੇ? ਆਇਆਂ ਤਾਂ ਗੌਰਮੈਂਟ ਦਾ ਵੀ ਬੜਾ ਇੱਕ ਵਾਰੀ ਵਾਕਿਆ ਬੜਾ ਮਸ਼ਹੂਰ ਹੋਇਆ ਸੀਗਾ। ਹਾਂ, ਉਹ ਤਾਂ ਉਦੋਂ ਮੀਟਿੰਗ, ਹਾਲਾਂਕਿ ਉਹ ਮਿਲਣ ਗਏ ਸੀ, ਬੈਠਿਆ ਸੀ, ਹੈ ਨਾ, ਉਹ ਕਰਕੇ, ਕਿਉਂਕਿ ਇੱਕ ਅਫਸਰ ਨੂੰ, ਚਾਹੇ ਉਹ IS ਹੈ, ਚਾਹੇ ਉਹ PCS, ਚਾਹੇ ਕਿਸੇ ਵੀ ਲੈਵਲ ਦਾ, ਕੋਈ ਵੀ MLA ਛੱਡੋ, ਸਾਬਕਾ MLA ਛੱਡੋ, ਕੋਈ ਵੀ ਬੰਦਾ ਆਮ ਨਾਗਰਿਕ ਆ, ਉਹਨੂੰ ਮਿਲਣ ਦਾ ਹੱਕ ਆ, ਉਹਨੂੰ ਆਪਣੀ ਤਕਲੀਫ ਦੱਸਣ ਦਾ ਹੱਕ ਆ।
ਅਧਿਕਾਰ ਦਿੱਤਾ ਸਾਨੂੰ ਸੰਵਿਧਾਨ ਨੇ। ਇਸ ਕਰਕੇ ਇਹ ਜਿਹੜੇ ਅਫਸਰ ਨੇ ਇਹ ਭੁੱਲ ਜਾਂਦੇ ਹੈਗੇ ਨੇ, ਇਹ ਆਪਣੇ ਆਪ ਨੂੰ ਗੌਡ ਸਮਝਣ ਲੱਗ ਪੈਂਦੇ, ਖੁਦਾ ਸਮਝ ਲੈਂਦੇ ਨੇ, ਪਰ ਬਾਅਦ 'ਚ ਇਹ ਅੱਡੀਆਂ ਘਸੀੜਦੇ ਮਰ ਜਾਂਦੇ ਹੈਗੇ ਨੇ। ਇਹ ਕੁਰਸੀਆਂ ਵਾਸਤੇ ਤਾਂ ਰੋਂਦੇ ਨੇ, SSP ਲੱਗਣ ਵਾਸਤੇ ਰੋਂਦੇ ਨੇ, DC ਲੱਗਣ ਵਾਸਤੇ ਰੋਂਦੇ ਨੇ, ਜੇਬਾਂ ਗਰਮ ਕਰਦੇ ਹੈਗੇ ਨੇ। ਅੱਛਾ, ਰਿਟਾਇਰਮੈਂਟ ਹੋ ਜਾਵੇ ਤਾਂ ਉਦੋਂ ਬਾਅਦ ਵੀ ਰੋਂਦੇ ਨੇ? ਹਾਂ, ਹੁਣ ਲਾਏ ਆ ਰਿਟਾਇਰਮੈਂਟ ਤੋਂ ਵੀ, ਜੇ ਤੁਸੀਂ 60 ਸਾਲਾਂ ਦੀ ਉਮਰ ਦੇ ਵਿੱਚ ਕੁਛ ਨਹੀਂ ਕੀਤਾ, 5 ਸਾਲ ਵਾਲੇ ਕਿਹੜੇ ਤੁਸੀਂ ਖੂਨ ਖੋਹ ਦੇਣੇ ਹੈਗੇ ਨੇ? ਮਤਲਬ ਪੈਸਾ ਚੱਲਦਾ ਨਾ, ਪੈਸੇ ਨਾਲ ਕੁਰਸੀਆਂ ਮਿਲਦੀਆਂ ਹੈਗੀਆਂ। ਪਰ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜੋ ਕੁਝ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਉਹ ਸਾਰਾ ਕੁਛ ਇਸ ਸਰਕਾਰ ਵਿੱਚ ਹੋ ਰਿਹਾ ਹੈਗਾ। ਹੁਣ ਮੁੱਖ ਮੰਤਰੀ ਸਾਹਿਬ ਤਾਂ ਵਾਰ ਵਾਰ ਕਹਿੰਦੇ ਨੇ, ਪਰ ਜਦ ਇੱਦਾਂ ਦੇ ਐਕਸ਼ਨ ਹੋ ਰਹੇ ਨੇ ਪੰਜਾਬ ਦੇ ਵਿੱਚ, ਤਾਂ ਕੀ ਮੰਨਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ MLA CM ਸਾਹਿਬ ਦੇ ਵੀ ਨਹੀਂ ਸੁਣਦੇ ਹੈਗੇ? ਇਹ ਬੜਾ ਵੱਡਾ ਸਵਾਲ ਆ। ਮੈਨੂੰ ਲੱਗਦਾ ਕਿ ਅਜਿਹੀ ਜਿਹੜੀ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਪੰਚਾਇਤੀ ਚੋਣਾਂ। ਜੇ ਤੁਸੀਂ ਆਪਣੇ ਆਪ ਨੂੰ ਇਹ ਕਹਿ ਰਹੇ ਸੀ ਅਸੀਂ ਐਕਟ ਬਦਲ ਦਿੱਤਾ ਕਿ ਕੋਈ ਪਾਰਟੀ ਸਿੰਬਲ 'ਤੇ ਚੋਣ ਨਹੀਂ ਲੜੇਗਾ, ਹਾਲੇ ਤੱਕ ਤਾਂ ਪੰਜਾਬ ਦੇ ਵਿੱਚ 1954 ਤੋਂ ਲੈ ਕੇ ਹੁਣ ਤੱਕ ਕਿਸੇ ਨੇ ਪਾਰਟੀ ਸਿੰਬਲ 'ਤੇ ਚੋਣ ਨਹੀਂ ਲੜੀ। ਚਲੋ ਤੁਸੀਂ ਐਕਟ ਬਦਲ ਦਿੱਤਾ ਹੈਗਾ, ਐਕਟ ਬਦਲ ਕੇ ਵੀ ਤੁਸੀਂ ਚੰਦ ਇਹ ਚਾੜ ਰਹੇ ਹੋ, ਤੁਹਾਡੇ DC, ਤੁਹਾਡੇ BDPO, ਤੁਹਾਡੇ ਤਹਿਸੀਲਦਾਰ, ਤੁਹਾਡੇ SDM, ਤੁਹਾਡੇ ਪੁਲਿਸ ਵਾਲੇ ਸਾਰੇ ਮਿਲੇ ਹੋਏ ਨੇ। ਤੁਸੀਂ ਕਹਿੰਦੇ ਕਿ ਅਕਾਲੀ ਕਾਂਗਰਸੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਪੰਚਾਇਤ ਚੋਣਾਂ 'ਚ ਖੜ੍ਹੇ ਨਾ ਹੋਣ। ਮਤਲਬ ਤੁਸੀਂ ਇਹ ਕੀ ਮੰਨਦੇ ਹੋ ਕਿ ਤੁਸੀਂ 13,245 ਸਰਪੰਚ ਬਣਾ ਲਓਗੇ? ਤੁਸੀਂ ਜੇ ਬਣਾਉਣੇ ਆ ਤਾਂ ਇਲੈਕਸ਼ਨ ਕਰਵਾਓ, ਬੰਦਿਆਂ ਵਾਂਗੂ ਕਰਵਾਓ ਇਲੈਕਸ਼ਨ, ਕਾਨੂੰਨ ਮੁਤਾਬਕ ਕਰਵਾਓ। ਧੱਕੇ ਨਾ 13,245 ਲੋਕਾਂ ਦੇ ਗੱਲ ਦੇ ਵਿੱਚ ਤੁਸੀਂ ਰੱਸੇ ਨਹੀਂ ਪਾ ਸਕਦੇ। ਜਬਰੀ ਰੱਸੇ ਪਾਏ ਹੋਏ ਨਾ ਉਹ ਰੱਸੇ ਤੁੜਵਾਏ ਜਾਂਦੇ ਨੇ, ਰੱਸੇ ਟੁੱਟ ਜਾਂਦੇ ਹੈਗੇ ਨੇ, ਇਹ ਤੁਹਾਨੂੰ ਭੁਲੇਖ ਹੈਗਾ। ਔਰ ਇਹ ਜਿਹੜੀ ਆ ਹੁਣ ਸਰਕਾਰ ਨੂੰ ਚਾਹੀਦਾ ਕਿ ਘੱਟੋ ਘੱਟ ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤ ਆਦੇਸ਼ ਦੇਣ, ਗੋਲੀਆਂ ਨਾ ਚੱਲਣ, ਡਾਂਗਾਂ ਨਾ ਚੱਲਣ, ਇੱਟੇ ਨਾ ਚੱਲਣ, ਦਫ਼ਤਰਾਂ ਦੇ ਵਿੱਚ ਅਫਸਰ ਆਮ ਲੋਕਾਂ ਨੂੰ ਗਾਲਾਂ ਨਾ ਕੱਢਣ। ਘੱਟੋ ਘੱਟ ਇਹ ਤਾਂ ਸਰਕਾਰ ਨੂੰ ਸਲੀਕਾ ਚਾਹੀਦਾ ਹੈ ਨਾ। ਅਖੀਰਲੀ ਟਿੱਪਣੀ ਲੈਂਦੇ ਹਾਂ ਵੀ ਅਖੀਰਲੇ 14 ਦਿਨ ਰਹਿ ਗਏ ਨੇ ਹੁਣ, ਉਮੀਦ ਕਰਦੇ ਹਾਂ ਕਿ ਸ਼ਾਂਤੀ ਨਾਲ ਸਭ ਕੁਛ ਹੋ ਜਾਏਗਾ। ਦੇਖੋ, ਜਿਸ ਹਿਸਾਬ ਦੇ ਨਾਲ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ, ਜਿਸ ਹਿਸਾਬ ਦੇ ਨਾਲ ਪਿਛਲੇ 2-3 ਤੋਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਹੈਗੀਆਂ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਕਿ ਵੋਟਾਂ ਵਾਲੇ ਦਿਨ ਕੀ ਕੁਝ ਹੋਏਗਾ। ਜੇ ਅੱਜ ਹੀ ਗੋਲੀਆਂ ਚੱਲ ਰਹੀਆਂ ਨੇ, ਅੱਜ ਹੀ ਸਾਬਕਾ MLA ਵਾਲ ਬਚੇ ਨੇ, ਤਾਂ ਤੁਸੀਂ ਉਸ ਦਿਨ ਅੰਦਾਜ਼ਾ ਲਗਾ ਲਓ ਕਿ ਕੁਝ ਹੋਏਗਾ। ਤੁਹਾਡੇ ਕੱਲ੍ਹ ਜਿਹੜੀ ਇੱਕ ਵੀਡੀਓ ਆ ਰਹੀ ਕਿ ਤੁਹਾਡਾ ਆਮ ਆਦਮੀ ਪਾਰਟੀ ਦਾ ਨੇਤਾ ਗੋਲੀਆਂ ਚਲਾ ਕੇ ਫਿਰੋਜ਼ਪੁਰ ਦੇ ਵਿੱਚ ਸ਼ਰੇਆਮ ਕਾਗਜ਼ ਲੈ ਗਿਆ, ਉਦੋਂ ਨੂੰ ਧੱਕੇ ਨਾਲ ਕੀ ਬੂਥ ਕੈਪਚਰਿੰਗ ਨਹੀਂ ਕਰੇਗਾ? ਜੇ ਅੱਜ ਇੱਕ ਸਾਬਕਾ MLA 'ਤੇ ਗੋਲੀਆਂ ਚੱਲੀਆਂ, ਕੀ ਉੱਥੇ ਲੋਕ ਹੁਣ ਵੋਟਾਂ ਪਾਉਣ ਆਉਣਗੇ? ਜੇ ਤੁਹਾਡਾ ਵੀਡੀਓ ਪਰ ਸ਼ਰੇਆਮ ਗਾਲਾਂ ਕੱਢ ਰਿਹਾ ਪਿੰਡ ਦੇ ਲੋਕਾਂ ਨੂੰ, ਉੱਥੇ ਵੋਟਾਂ ਪੈਣਗੀਆਂ? ਗੁਰਦਾਸਪੁਰ ਡਿਪਟੀ ਕਮਿਸ਼ਨਰ ਚੁਣੇ ਹੋਏ MLA ਉਹਨਾਂ ਨੂੰ ਮਿਲ ਰਿਹਾ ਹੈਗਾ, ਉੱਥੇ ਵੋਟਾਂ ਪੈਣਗੀਆਂ? ਧੱਕੇਸ਼ਾਹੀ ਹੈ, ਧੱਕੇਸ਼ਾਹੀ ਰੋਕਣ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬਣਦੀ ਹੈਗੀ ਆ ਕਿ ਤੁਹਾਡੀ ਸਿਹਤ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਪੰਜਾਬ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ। ਉਹਦੇ ਵਾਸਤੇ ਤੁਹਾਨੂੰ ਅਫਸਰਾਂ ਦੀ ਅਤੇ ਤੁਹਾਡੇ ਜਿਹੜੇ MLA ਨੇ ਉਹਨਾਂ ਦੀ ਖਿਚਾਈ ਕਰਨੀ ਪੈਣੀ ਹੈ ਕਿ ਕਾਨੂੰਨ ਵਿਵਸਥਾ ਦੇ ਨਾਲ ਨਾ ਖੇਡੋ, ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾ ਟੁੱਟੇ, ਅਮਨ ਅਮਾਨ ਦੇ ਨਾਲ ਨਿਰਪੱਖ ਅਤੇ ਸੁਤੰਤਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕ ਆਪਣੇ ਸਰਪੰਚ ਚੁਣਨ, ਆਪਣੀਆਂ ਪੰਚਾਇਤਾਂ ਚੁਣਨ, ਕਿਉਂਕਿ ਪਿੰਡਾਂ ਦੀ ਸਰਕਾਰ ਆ। ਪਿੰਡਾਂ ਦੀ ਸਰਕਾਰ ਚੁਣਨ ਵਾਸਤੇ ਸਰਕਾਰ ਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ, ਫਰਜ਼ਾਂ ਦੇ ਵਿੱਚ ਕੁਤਾਹੀ ਨਹੀਂ ਕਰਨੀ ਚਾਹੀਦੀ। ਤੁਹਾਡੇ MLA, ਤੁਹਾਡੇ MLA ਦੇ ਸਪੋਰਟਰ, ਤੁਹਾਡੇ ਸਮਰਥਕ, ਉਹਨਾਂ ਦੀ ਬੁਰਸ਼ਾਗਰਦੀ ਅਤੇ ਗੁੰਡਾਗਰਦੀ ਨਹੀਂ ਦਿਖਣੀ ਚਾਹੀਦੀ।